ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਆਪਣੇ ਵੀਰ ਭਰਾਵਾਂ ਨੂੰ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਆ ਕਿ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ, ਕਿਉਂਕਿ ਬਹੁਤ ਸਾਰੇ ਤੁਹਾਡੇ ਸਵਾਲ ਹੁੰਦੇ ਜਿਹੜੇ ਕਿ ਵੀਡੀਓ ਦੇ ਵਿੱਚ ਉਹਨਾਂ ਦੇ ਆਂਸਰ ਦਿੱਤੇ ਹੁੰਦੇ ਆ, ਅਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਪੂਰੀ ਜਿਹੜੀ ਆ ਜਾਣਕਾਰੀ ਮਿਲ ਸਕੇ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੇਪਰ ਨਿਕਲਦੇ ਆ, ਕਿਹੜੇ ਪੇਪਰ ਨਿਕਲਦੇ ਆ, ਅਤੇ ਸਾਲ ਵਾਲੇ ਜਿਹੜੇ ਪੇਪਰ ਆ ਅਤੇ ਡੋਮੈਸਟਿਕ ਪੇਪਰ ਆ, ਕਦੋਂ ਕੁ ਤੱਕ ਜਿਹੜੇ ਇਹ ਨਿਕਲ ਸਕਦੇ ਆ। ਅਤੇ ਇਹਦੇ ਨਾਲ ਨਾਲ ਆਪਾਂ ਹੋਰ ਵੀ ਅੱਜ ਦੀ ਜਿਹੜੀ ਇਸ ਵੀਡੀਓ ਦੇ ਵਿੱਚ ਕਾਫੀ ਗੱਲਾਂ ਕਰਾਂਗੇ, ਜਿਵੇਂ ਕਿ ਨਵੇਂ ਬੰਦੇ ਜਿਹੜੇ ਆਉਂਦੇ ਆ ਇਟਲੀ ਨੂੰ, ਉਹਨਾਂ ਨੂੰ ਕਿਵੇਂ ਕੰਮ ਮਿਲ ਸਕਦਾ ਇਟਲੀ ਦੇ ਵਿੱਚ, ਅਤੇ ਇਹ ਕੀ ਉਹਨਾਂ ਨੂੰ ਸੱਚੀ ਇੱਕ ਘੰਟੇ ਦੇ ਜਿਹੜੇ ਹੈਗੇ 10 ਯੂਰੋ ਮਿਲ ਸਕਦੇ ਜਿਹੜੇ ਨਵੇਂ ਬੰਦੇ ਆ ਰਹੇ ਆ, ਅਤੇ ਕਿੰਨੀ ਤਨਖਾਹ ਬਣ ਜਾਂਦੀ ਆ ਇਟਲੀ ਦੇ ਵਿੱਚ, ਇਹ ਵੀ ਤੁਹਾਡੇ ਨਾਲ ਅੱਜ ਜ਼ਰੂਰ ਸ਼ੇਅਰ ਕਰਾਂਗੇ। ਅਤੇ ਕਿਹੜੇ ਕਿਹੜੇ ਕੰਮ ਆ ਤੁਸੀਂ ਇਟਲੀ ਦੇ ਵਿੱਚ ਸਿੱਖ ਕੇ ਆ ਸਕਦੇ ਆ, ਅਤੇ ਜੇਕਰ ਤੁਹਾਡੇ ਕੋਲ ਵੀ ਹੈਗੇ ਆ ਇਟਲੀ ਦੇ ਪੇਪਰ ਤਾਂ ਸਰਕਾਰ ਜਿਹੜੀ ਆ ਤੁਹਾਨੂੰ ਪੈਸੇ ਦਊਗੀ। ਇਸ ਬਾਰੇ ਆਪਾਂ ਅੱਗੇ ਕਰਾਂਗੇ ਵੀਡੀਓ ਦੇ ਵਿੱਚ ਗੱਲ। ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਸੀਗੇ ਅਤੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਘੰਟੀ ਵਾਲਾ ਜਿਹੜਾ ਬਟਨ ਆ ਉਹਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਤੇ ਜਿਵੇਂ ਕਿ ਜਦੋਂ ਵੀ ਤੁਸੀਂ ਇਟਲੀ ਦੇ ਵਿੱਚ ਆਉਂਦੇ ਆ ਤਾਂ ਲੈਂਗੁਏਜ ਜਿਹੜੀ ਆ ਤੁਹਾਨੂੰ ਸਿੱਖਣੀ ਬਹੁਤ ਜ਼ਰੂਰੀ ਆ, ਅਤੇ ਤਾਂ ਕਰਕੇ ਅਸੀਂ ਸਪੈਸ਼ਲ ਜਿਹੜਾ ਆ ਤੁਹਾਡੇ ਲਈ ਇੱਕ ਚੈਨਲ ਬਣਾਇਆ ਜਿਹਦਾ ਨਾਮ ਹੈਗਾ ਇਟਾਲੀਅਨ ਪੰਜਾਬੀ, ਅਤੇ ਤੁਸੀਂ ਉਹਨੂੰ ਵੀ ਜਿਹੜਾ ਸਬਸਕ੍ਰਾਈਬ ਕਰ ਸਕਦੇ ਹਾਂ, ਅਤੇ ਲਿੰਕ ਆਪਾਂ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਆ। ਅਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਹਾਂ। ਅਤੇ ਕਾਫੀ ਆਪਣੇ ਵੀਰਾਂ ਭਰਾਵਾਂ ਨੇ ਪਿਛਲੀ ਵੀਡੀਓ ਦੇ ਵਿੱਚ ਅਤੇ ਕਾਫੀ ਜਿਹੜੇ ਉਹਨਾਂ ਦੇ ਸਵਾਲ ਸੀਗੇ, ਅਤੇ ਉਹਨਾਂ ਦਾ ਜਿਹੜਾ ਜਵਾਬ ਦੇਵਾਂਗੇ ਇਸ ਵੀਡੀਓ ਦੇ ਵਿੱਚ। ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ, ਅਤੇ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੁਣ ਕਰਦੇ ਹਾਂ ਆਪਾਂ ਵੀਡੀਓ ਦੀ ਸ਼ੁਰੂਆਤ। ਅਤੇ ਸਭ ਤੋਂ ਪਹਿਲਾਂ ਤਾਂ ਧਿਆਨ ਦਿਓ ਜੀ, ਜਿਹੜੇ ਵੀਰ ਆਪਣੇ ਇਟਲੀ ਦੇ ਵਿੱਚ ਰਹਿ ਰਹੇ ਆ ਪੱਕੇ ਆ, ਅਤੇ ਉਹਨਾਂ ਕੋਲ ਕੰਮ ਨਹੀਂ ਹੈਗਾ, ਅਤੇ ਦੋ ਬੰਦਿਆਂ ਦੀ ਕੰਮ 'ਤੇ ਲੋੜ ਆ ਜੀ, ਪੱਕੇ ਬੰਦੇ ਪੇਪਰ ਹੋਣ ਤੁਹਾਡੇ ਕੋਲ, ਅਤੇ ਥੋੜ੍ਹਾ ਬਹੁਤਾ ਕੰਮ ਦਾ ਐਕਸਪੀਰੀਅੰਸ ਹੋਵੇ, ਅਤੇ ਉਹ ਜਿਨ੍ਹਾਂ ਨੂੰ ਕੰਮ ਦੀ ਲੋੜ ਆ ਸਾਡੇ ਨਾਲ ਸੰਪਰਕ ਕਰ ਸਕਦਾ ਇੰਸਟਾਗ੍ਰਾਮ ਉੱਤੇ, ਆਪਾਂ ਜਿਹੜਾ ਲਿੰਕ ਆ ਇੰਸਟਾਗ੍ਰਾਮ ਦਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਆ। ਅਤੇ ਕੰਮ ਹੈਗਾ ਜੀ ਪਾਰਮਾ ਦੇ ਵਿੱਚ, ਅਤੇ ਉੱਥੇ ਹੈਗਾ ਆ ਜਿੱਦਾਂ ਕੱਟੇ ਬੱਚਿਆਂ ਨੂੰ ਜਿਹੜਾ ਸਾਂਭਣ ਵਾਲਾ ਕੰਮ ਆ, ਮੀਟ ਵਾਲਾ ਜਿਹੜਾ ਕੱਟੇ ਬੱਚਿਆਂ ਨੂੰ ਸਾਂਭਣ ਵਾਲਾ। ਅਤੇ ਬਾਕੀ ਜਿਹੜੀ ਡਿਟੇਲ ਆ ਤੁਹਾਨੂੰ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਜਾ ਕੇ ਮੈਸੇਜ ਕਰ ਸਕਦੇ, ਉੱਥੇ ਤੁਹਾਨੂੰ ਦੇ ਦੇਵਾਂਗੇ, ਅਤੇ ਉੱਥੇ ਤੁਹਾਨੂੰ ਜਿਹੜਾ ਨੰਬਰ ਵੀ ਉਹਨਾਂ ਦਾ ਜ਼ਰੂਰ ਸ਼ੇਅਰ ਕਰ ਦੇਵਾਂਗੇ। ਅਤੇ ਪੱਕੇ ਬੰਦੇ ਹੋਣ ਅਤੇ ਕੰਮ ਦਾ ਥੋੜ੍ਹਾ ਐਕਸਪੀਰੀਅੰਸ ਹੋਵੇ, ਅਤੇ ਪਾਰਮਾ ਦੇ ਵਿੱਚ ਕੰਮ ਆ ਜੀ ਦੋ ਬੰਦਿਆਂ ਦੇ ਲਈ। ਅਤੇ ਇਸ ਤੋਂ ਬਾਅਦ ਸਲੇਰਨੋ ਤੋਂ ਜੇ ਕਿਸੇ ਦੇ ਪੇਪਰ ਨਿਕਲਦੇ ਆ ਤਾਂ ਸਾਡੇ ਨਾਲ ਜਿਹੜਾ ਜ਼ਰੂਰ ਆਪਣਾ ਕੰਟੈਕਟ ਕਰ ਸਕਦਾ, ਅਤੇ ਹੋਰ ਵੀ ਆਪਣੇ ਵੀਰਾਂ ਭਰਾਵਾਂ ਦੇ ਜਿਹੜੇ ਪੇਪਰ ਨਿਕਲਦੇ ਹੁੰਦੇ ਆ ਤਾਂ ਤੁਸੀਂ ਇੱਕ ਵਾਰ ਜ਼ਰੂਰ ਸ਼ੇਅਰ ਕਰ ਦਿਆ ਕਰੋ, ਭਾਵੇਂ ਉਹ ਮਾਰਚ ਮਹੀਨੇ ਵਾਲੇ ਪੇਪਰ ਆ ਭਾਵੇਂ ਉਹ ਦਸੰਬਰ ਵਾਲੇ ਪੇਪਰ ਆ, ਤਾਂ ਜੋ ਜਿਨ੍ਹਾਂ ਦੇ ਹਜੇ ਪੇਪਰ ਨਹੀਂ ਨਿਕਲੇ ਉਹਨਾਂ ਨੂੰ ਵੀ ਜਿਹੜੀ ਇਨਫੋਰਮੇਸ਼ਨ ਮਿਲ ਸਕੇ। ਅਤੇ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਜਿਹੜੇ ਨਵੇਂ ਬੰਦੇ ਇਟਲੀ ਨੂੰ ਆ ਰਹੇ ਆ ਕਿ ਉਹਨਾਂ ਨੂੰ ਕੰਮ ਇੱਥੇ ਆ ਕੇ ਮਿਲਦਾ ਕਿਵੇਂ ਆ, ਕਿਉਂਕਿ ਜਿਹੜੇ ਆਪਾਂ ਹੁਣ ਅੱਜ ਤੁਸੀਂ ਪੇਪਰ ਭਰਾਇਓ ਆ ਤੁਸੀਂ ਇਟਲੀ ਦੇ ਵਿੱਚ ਆਉਣਾ ਤਾਂ ਹੈਗਾ ਹੀ ਆ, ਅਤੇ ਇਟਲੀ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਆਪਣੇ ਫਰੈਂਡ ਦੇ ਨਾਲ ਜਾਂ ਕਿਸੇ ਹੋਰ ਵੀ ਆਪਣੇ ਰਿਸ਼ਤੇਦਾਰ ਨਾਲ ਸੰਪਰਕ ਕਰਕੇ ਜ਼ਰੂਰ ਆਓ ਕਿ ਜਿਹੜਾ ਬੰਦਾ ਅੱਗੇ ਤੁਹਾਨੂੰ ਆ ਕੇ ਸਾਂਭ ਲਵੇ, ਕਿਉਂਕਿ ਬਹੁਤ ਤਰ੍ਹਾਂ ਇੱਦਾਂ ਹੀ ਹੁੰਦਾ ਹੈ ਕਿ ਏਜੰਟ ਜਿਹੜੇ ਆ ਤੁਹਾਨੂੰ ਕੰਮ ਨਹੀਂ ਲਵਾਉਂਦੇ, ਇੰਨੇ ਇੰਨੇ ਪੈਸੇ ਏਜੰਟ ਲੈ ਤਾਂ ਜ਼ਰੂਰ ਲੈਂਦੇ ਪਰ ਤੁਹਾਨੂੰ ਇੱਥੇ ਕੰਮ ਲਵਾਉਣ ਦੀ ਨਹੀਂ ਗਰੰਟੀ ਲੈਂਦੇ, ਅਤੇ ਕਈ ਤਾਂ ਏਜੰਟ ਜਿਹੜੇ ਆ ਐਂਟਰੀ ਦੀ ਗੱਲ ਸਿਰਫ ਕਰਦੇ ਆ ਅਤੇ ਕੰਮ ਦੀ ਗੱਲ ਨਹੀਂ ਕੀਤੀ ਹੁੰਦੀ। ਅਤੇ ਜੇਕਰ ਤੁਸੀਂ ਨਵੇਂ ਇਟਲੀ ਨੂੰ ਆਉਂਦੇ ਆ, ਜੇ ਤੁਸੀਂ ਕਹਿੰਦੇ ਆ ਕਿ ਤੁਸੀਂ ਇੱਥੇ ਆ ਕੇ ਆਪ ਹੀ ਕੰਮ ਲੱਭ ਲਉਂਗੇ ਤਾਂ ਇੱਦਾਂ ਜਿਹੜਾ ਕੰਮ ਮਿਲਣਾ ਬਹੁਤ ਮੁਸ਼ਕਲ ਆ। ਅਤੇ ਜੇਕਰ ਤੁਹਾਨੂੰ ਕੋਈ ਜਾਣਦਾ ਆ, ਜਿਵੇਂ ਕਿ ਤੁਹਾਡਾ ਕੋਈ ਫੈਮਿਲੀ ਦਾ ਮੈਂਬਰ ਹੋ ਗਿਆ ਅਤੇ ਤੁਹਾਡਾ ਰਿਸ਼ਤੇਦਾਰ ਹੋ ਗਿਆ ਜਾਂ ਤੁਹਾਡਾ ਕੋਈ ਫਰੈਂਡ ਹੋ ਗਿਆ, ਤਾਂ ਉਹਨਾਂ ਤੁਸੀਂ ਗੱਲ ਕਰਕੇ ਜ਼ਰੂਰ ਆਓ ਕੰਮ 'ਤੇ ਲਵਾਉਣ ਦੀ, ਤਾਂ ਜੋ ਬੰਦਾ ਤੁਹਾਨੂੰ ਆਪ ਆ ਕੇ ਸਾਂਭ ਲਵੇ ਅਤੇ ਅੱਗੇ ਤੁਹਾਨੂੰ ਕੰਮ 'ਤੇ ਜਿਹੜਾ ਲਵਾ ਦੇਵੇ, ਕਿਉਂਕਿ ਕੱਚੇ ਬੰਦਿਆਂ ਨੂੰ ਕੰਮ ਮਿਲਣਾ ਜਿਹੜਾ ਬਹੁਤ ਮੁਸ਼ਕਲ ਆ ਅਤੇ ਜ਼ਿਆਦਾਤਰ ਜਿਹੜਾ ਕੰਮ ਆ ਪੱਕੇ ਬੰਦਿਆਂ ਨੂੰ ਮਿਲ ਰਿਹਾ ਆ।
ਅਤੇ ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਕਿ ਕਿੰਨੀ ਕੁ ਤਨਖਾਹ ਬਣ ਜਾਂਦੀ ਆ ਜਿਹੜੇ ਆਪਣੇ ਭਰਾ ਨਵੇਂ ਇਟਲੀ ਨੂੰ ਆ ਰਹੇ ਆ। ਅਤੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਕੰਮ 'ਤੇ ਅੱਗੇ ਲਵਾਉਣ ਵਾਲਾ ਚਾਹੀਦਾ, ਅਤੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਤਨਖਾਹ ਦੀ, ਘੱਟ ਤੋਂ ਘੱਟ 800 ਤੋਂ ਲੈ ਕੇ 1,000 ਯੂਰੋ ਜਿਹੜਾ ਇਹ ਆਮ ਚੱਲ ਰਿਹਾ ਆ। ਪਰ ਇੱਥੇ ਸ਼ਰਤ ਇੱਕ ਇਹ ਆਉਂਦੀ ਆ ਕਿ ਤੁਹਾਨੂੰ ਜਿਹੜਾ ਅੱਗੇ ਕੋਈ ਬੰਦਾ ਸਾਂਭਣ ਵਾਲਾ ਚਾਹੀਦਾ, ਕੰਮ 'ਤੇ ਲਵਾਉਣ ਵਾਲਾ ਚਾਹੀਦਾ, ਤਾਂ ਹੀ ਆ ਕੇ ਜਿਹੜੇ ਨਵੇਂ ਬੰਦੇ ਆਉਂਦੇ ਉਹਨਾਂ ਨੂੰ ਇੱਥੇ ਆ ਕੇ ਕੰਮ ਮਿਲਦਾ ਹੈ। ਨਹੀਂ ਤਾਂ ਕਾਫੀ ਜਿਹੜੇ ਵੀਰ ਭਰਾ ਉਹਨਾਂ ਨੂੰ 7-7, 8-8 ਮਹੀਨੇ ਹੋ ਗਏ, ਹਜੇ ਤੱਕ ਵੀ ਜਿਹੜਾ ਉਹਨਾਂ ਨੂੰ ਕੰਮ ਨਹੀਂ ਮਿਲਿਆ। ਅਤੇ ਇਸ ਕਰਕੇ ਤੁਸੀਂ ਇੰਡੀਆ ਤੋਂ ਹੀ ਆਪਣੇ ਕਿਸੇ ਰਿਲੇਟਿਵ ਨਾਲ ਜਾਂ ਆਪਣੇ ਕਿਸੇ ਫਰੈਂਡ ਦੇ ਨਾਲ ਜਿਹੜਾ ਉਹ ਸੰਪਰਕ ਕਰਕੇ ਜ਼ਰੂਰ ਆਓ, ਕਿਉਂਕਿ ਏਜੰਟ ਜਿਹੜੇ ਇੱਥੇ ਆ ਕੇ ਕੰਮ 'ਤੇ ਮੁੜ ਕੇ ਨਹੀਂ ਲਵਾਉਂਦੇ ਬੰਦੇ ਨੂੰ, ਜਾਂ ਫਿਰ ਤੁਸੀਂ ਆਪਣੇ ਏਜੰਟ ਦੇ ਨਾਲ ਪੈਸੇ ਦੇਣ ਤੋਂ ਪਹਿਲਾਂ ਹੀ ਗੱਲ ਕਰਿਆ ਕਰੋ। ਅਤੇ ਇਸ ਤੋਂ ਬਾਅਦ ਹੁਣ ਗੱਲ ਕਰਦੇ ਹੈਗੇ ਆ ਜੀ ਜਿਹੜੇ ਹੁਣ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ ਆਪਣੇ, ਕਾਫੀ ਵੀਰਾਂ ਦੇ ਕਮੈਂਟ ਆਉਂਦੇ ਆ ਕਿ ਇਹ ਪੇਪਰ ਜਿਹੜੇ ਆ ਕਦੋਂ ਕੁ ਤੱਕ ਨਿਕਲਣਗੇ। ਅਤੇ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਸੀਗਾ ਕਿ ਜਿਹੜੇ ਹੁਣ ਮਾਲਕ ਆ ਜਿਨ੍ਹਾਂ ਨੇ ਪੇਪਰ ਭਰੇ ਉਹਨਾਂ ਨੂੰ ਮੇਲਾਂ ਆਉਣੀਆਂ ਸ਼ੁਰੂ ਹੋ ਗਈਆਂ, ਅਤੇ ਜਲਦੀ ਤਾਂ ਡੋਮੈਸਟਿਕ ਅਤੇ ਸਾਲ ਵਾਲੇ ਪੇਪਰ ਆ ਜਿਹੜੇ ਇਹ ਨਿਕਲਣੇ ਸ਼ੁਰੂ ਹੋ ਜਾਣੇ ਆ। ਅਤੇ ਇਸ ਤੋਂ ਬਾਅਦ ਅਪੁਆਇੰਟਮੈਂਟਾਂ ਨੂੰ ਲੈ ਕੇ ਵੀ ਆਪਣੇ ਵੀਰਾਂ ਭਰਾਵਾਂ ਨੂੰ ਕਾਫੀ ਜਿਹੜੀ ਪ੍ਰੋਬਲਮ ਆ ਰਹੀ ਹੈ, ਕਿਉਂਕਿ ਉਹਨਾਂ ਦੇ ਨੂਲੇ ਉਸਤੇ ਜਿਹੜੇ ਐਕਸਪਾਇਰ ਹੋਣ 'ਤੇ ਆ ਚੁੱਕੇ ਆ ਲਗਭਗ, ਅਤੇ ਅਪੁਆਇੰਟਮੈਂਟਾਂ ਜਿਹੜੀਆਂ ਹਜੇ ਤੱਕ ਵੀ ਜਿਹੜੀਆਂ ਉਹਨਾਂ ਨੂੰ ਨਹੀਂ ਮਿਲੀਆਂ। ਅਤੇ ਇਸ ਮਹੀਨੇ ਕਾਫੀ ਚਾਂਸ ਤਾਂ ਆਪਾਂ ਕਹਿ ਰਹੇ ਹਾਂ ਕਿ ਹੈਗੇ ਆ ਅਪੁਆਇੰਟਮੈਂਟ ਓਪਨ ਹੋਣ ਦੇ, ਕਿਉਂਕਿ ਜੇ ਇਸ ਮਹੀਨੇ ਅਪੁਆਇੰਟਮੈਂਟਾਂ ਓਪਨ ਹੁੰਦੀਆਂ ਵੀ ਆ ਤਾਂ ਵੀ ਜਿਨ੍ਹਾਂ ਦੇ ਨੂਲੇ ਉਸਤੇ ਐਕਸਪਾਇਰ ਹੋਣ ਵਾਲੇ ਆ, ਤਾਂ ਅਪੁਆਇੰਟਮੈਂਟਾਂ ਜਿਹੜੀਆਂ ਉਹਨਾਂ ਨੂੰ ਘੱਟੋ ਘੱਟ ਮਹੀਨੇ 1.5 ਮਹੀਨੇ ਬਾਅਦ ਦੀ ਮਿਲੂਗੀ। ਪਰ ਫਿਰ ਵੀ ਜਦੋਂ ਵੀ ਅਪੁਆਇੰਟਮੈਂਟਾਂ ਓਪਨ ਹੁੰਦੀਆਂ ਤਾਂ ਤੁਸੀਂ ਅਪੁਆਇੰਟਮੈਂਟ ਜਿਹੜੀ ਆ ਜ਼ਰੂਰ ਚੱਕ ਲਿਓ, ਤਾਂ ਕਿ ਘੱਟੋ ਘੱਟ ਜਿਹੜੀ ਆ ਤੁਹਾਡੇ ਕੋਲ ਅਪੁਆਇੰਟਮੈਂਟ ਤਾਂ ਜ਼ਰੂਰ ਹੋਵੇ। ਅਤੇ ਬਾਕੀ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਕਿ ਜਦੋਂ ਵੀ ਤੁਸੀਂ ਅਪੁਆਇੰਟਮੈਂਟ ਲੈਣੀ ਆ ਤਾਂ ਨੂਲਾ ਉਸਤਾ ਤੁਹਾਡਾ ਜਿਹੜਾ ਕੋਲ ਚਾਹੀਦਾ ਆ। ਅਤੇ ਅਪੁਆਇੰਟਮੈਂਟ ਜਦੋਂ ਤੁਸੀਂ ਅੰਬੈਸੀ ਦੇ ਵਿੱਚ ਜਾਣਾ ਆਪਣੇ ਪੇਪਰ ਜਮ੍ਹਾਂ ਕਰਾਉਣ ਦੇ ਲਈ, ਤਾਂ ਤੁਹਾਡੇ ਕੋਲ ਜਿਹੜੇ ਇਹ ਸਾਰੇ ਪੇਪਰ ਹੋਣੇ ਚਾਹੀਦੇ, ਜਿਵੇਂ ਕਿ ਮਾਲਕ ਦੀ ਦਿਕਰਾ ਸੋਨੀ ਹੋ ਗਈ, ਇੰਸ਼ੋਰੈਂਸ ਹੋ, ਟਰੈਵਲ ਮੈਡੀਕਲ ਇੰਸ਼ੋਰੈਂਸ ਹੋ ਗਿਆ ਤੁਹਾਡਾ, ਡੰਮੀ ਟਿਕਟ ਹੋ ਗਈ, ਉਸ ਦੇ ਨਾਲ ਨਾਲ ਜਿਹੜੇ ਹੈਗੇ ਆ ਕੰਤਰਾਤੋ ਦੀ ਸੰਜੋਨ ਨੋ ਪੈਰ ਲਵੋਰੋ, ਅਤੇ ਬਾਕੀ ਜਿਹੜਾ ਮਾਲਕ ਦੀ ਫੇਸ ID, ਅਤੇ ਇੱਦਾਂ ਦੇ ਜਿਹੜੇ ਸਾਰੇ ਡਾਕੂਮੈਂਟ ਤੁਹਾਡੇ ਟੈਸਟਡ ਹੋਣੇ ਚਾਹੀਦੇ ਆ, ਤਾਂ ਜੋ ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਆ ਕੋਈ ਵੀ ਪ੍ਰੋਬਲਮ ਨਾ ਆਵੇ। ਅਤੇ ਪੇਪਰ ਜਿਹੜੇ ਹੈਗੇ ਆ ਜੇ ਤੁਸੀਂ ਓਰਿਜਿਨਲ ਲੈ ਕੇ ਜਾਓਗੇ ਤਾਂ ਸਭ ਤੋਂ ਵਧੀਆ ਗੱਲ ਆ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਕਿ ਸੱਚੀ ਤੁਹਾਨੂੰ 1 ਘੰਟੇ ਦੇ 10 ਯੂਰੋ ਮਿਲਦੇ ਆ ਜਿਹੜੇ ਬਈ ਨਵੇਂ ਆ ਰਹੇ ਆ। ਤਾਂ ਇੱਦਾਂ ਤੁਸੀਂ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਜ਼ਿਆਦਾਤਰ ਜੇ ਮੈਂ ਤੁਹਾਨੂੰ ਦੱਸਾਂ ਤਾਂ ਨਾ ਆਇਆ ਕਰੋ, ਕਿਉਂਕਿ ਇੱਥੇ ਆ ਕੇ ਜਦੋਂ ਤੁਸੀਂ ਨਵੇਂ ਆਉਂਦੇ ਆ ਪਹਿਲੀ ਗੱਲ ਤਾਂ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਹੁੰਦੀ, ਤਾਂ ਇਸ ਚੀਜ਼ ਨਾਲ ਵੀ ਆਪਣੇ ਕਾਫੀ ਵੀਰ ਜਿਹੜੇ ਉਹ ਕਾਫੀ ਮਾਰ ਖਾਂਦੇ ਕੰਮਾਂ ਤੋਂ ਵੀ, ਕਿਉਂਕਿ ਕਈ ਵਾਰ ਉਹਨਾਂ ਨੂੰ ਕੰਮ ਮਿਲ ਜਾਂਦਾ, ਲੈਂਗੁਏਜ ਨਹੀਂ ਆਉਂਦੀ ਹੁੰਦੀ, ਕੰਮ ਨਹੀਂ ਆਉਂਦਾ ਹੁੰਦਾ, ਤਾਂ ਇੱਦਾਂ ਉਹਨਾਂ ਨੂੰ ਜਿਹੜਾ ਕੰਮ ਉਹਨਾਂ ਨੂੰ ਮਿਲਿਆ ਹੁੰਦਾ ਉਹ ਵੀ ਉਹ ਨਹੀਂ ਕਰਦੇ। ਤਾਂ ਇਸ ਕਰਕੇ ਸਭ ਤੋਂ ਪਹਿਲਾਂ ਇਹ ਜਿਹੜੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਲੈਂਗੁਏਜ ਤੁਸੀਂ ਜ਼ਰੂਰ ਸਿੱਖਿਆ ਕਰੋ। ਅਤੇ ਦੂਜੇ ਨੰਬਰ 'ਤੇ ਹੋਗਾ ਜੀ ਤੁਹਾਡੇ ਪੇਪਰ, ਤੁਹਾਡੇ ਕੋਲ ਪੇਪਰ ਜਿਹੜੇ ਹੋਣੇ ਬਹੁਤ ਜ਼ਰੂਰੀ ਆ। ਅਤੇ ਜਦੋਂ ਤੁਹਾਡੇ ਕੋਲ ਪੇਪਰ ਹੋਊਗੇ ਤਾਂ ਤੁਸੀਂ ਕਿਸੇ ਵਧੀਆ ਕੰਮ ਕਰ ਸਕਦੇ ਆ, ਕਿਸੇ ਫੈਕਟਰੀ 'ਚ ਕੰਮ ਕਰ ਸਕਦੇ ਆ। ਅਤੇ ਜਿਹੜੇ ਆਪਣੇ ਵੀਰ ਨਵੇਂ ਨਵੇਂ ਆਉਂਦੇ ਆ ਕੱਚੇ ਹਜੇ ਹੁੰਦੇ ਆ, ਅਤੇ ਉਹਨਾਂ ਨੂੰ ਫੈਕਟਰੀ ਦੇ ਵਿੱਚ ਕੰਮ ਵੀ ਨਹੀਂ ਮਿਲਦਾ, ਕੋਈ ਵਧੀਆ ਕੰਮ ਵੀ ਨਹੀਂ ਮਿਲਦਾ, ਅਤੇ ਜਿਹੜਾ ਉਹਨਾਂ ਨੂੰ ਇੱਥੇ ਕੰਮ ਮਿਲਦਾ ਉਹਨਾਂ ਨੂੰ ਕਰਨਾ ਪੈਂਦਾ ਆ, ਇਹ ਸੱਚਾਈ ਆ, ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ। ਅਤੇ ਬਾਕੀ ਜਦੋਂ ਤੁਸੀਂ ਇਟਲੀ ਦੇ ਵਿੱਚ ਆ ਜਾਣਾ ਆ ਤੁਸੀਂ ਆਪੇ ਸਮਝ ਜਾਣਾ ਆ। ਅਤੇ ਇਹ ਜਿਹੜੀਆਂ ਕਾਫੀ ਜ਼ਰੂਰੀ ਗੱਲਾਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਸੀਗੀਆਂ। ਅਤੇ ਜਿਵੇਂ ਕਿ ਹੁਣ ਆਪਾਂ ਨੌਰਥ ਸਾਈਡ ਦੇਖ ਲਈਏ, ਉੱਥੇ ਤਾਂ ਕੱਚੇ ਬੰਦੇ ਨੂੰ ਜਿਹੜਾ ਕੰਮ ਨਹੀਂ ਮਿਲਦਾ, ਕੰਮ ਮਿਲਦਾ ਹੈਗਾ ਆ ਨਾ ਪੋਲੀ ਵਾਲੀ ਸਾਈਡ, ਜਿਵੇਂ ਕਿ ਸਲੇਰ ਨੂੰ, ਨਾ ਪੋਲੀ, ਰੋਮਾ ਦੇ ਥੱਲੇ ਥੱਲੇ ਇੱਧਰਲੀਆਂ ਸਾਈਡਾਂ ਨੂੰ ਜਿਹੜਾ ਕੰਮ ਮਿਲਦਾ ਕੱਚੇ ਬੰਦੇ ਨੂੰ, ਅਤੇ ਉਹ ਵੀ ਜੇਕਰ ਤੁਹਾਨੂੰ ਕੋਈ ਲਵਾਉਣ ਵਾਲਾ ਹੈਗਾ ਆ ਅੱਗੇ ਤਾਂ ਹੀ ਤੁਹਾਨੂੰ ਕੰਮ ਮਿਲਦਾ ਹੈ। ਅਤੇ ਘੱਟ ਤੋਂ ਘੱਟ ਜਿਹੜੀ ਤਨਖਾਹ ਹੈਗੀ ਆ 800 ਤੋਂ ਲੈ ਕੇ 1,000 ਯੂਰੋ ਤੱਕ ਹੈਗੀ ਆ ਕੱਚੇ ਬੰਦੇ ਦੀ। ਅਤੇ ਬਾਕੀ ਕੰਮ ਇਹ ਆ ਕਿ ਇੱਥੇ ਜ਼ਿਆਦਾਤਰ ਕੰਮ ਇਹੀ ਆ, ਜਿਵੇਂ ਕਿ ਡੈਰੀ ਫਾਰਮ ਦਾ ਕੰਮ ਹੋ ਗਿਆ, ਅਤੇ ਉਸ ਤੋਂ ਬਾਅਦ ਕੋਈ ਖੇਤੀ ਦਾ ਕੰਮ ਹੋ ਗਿਆ। ਖੇਤੀ ਵਾਲੇ ਵੀ ਜਿਹੜੇ ਬੰਦੇ ਹੈਗੇ ਉਹ ਵੀ ਹੁਣ ਜੇਕਰ ਤੁਹਾਡੇ ਕੋਲ ਪੇਪਰ ਹੈਗੇ ਆ ਤਾਂ ਹੀ ਬੰਦਿਆਂ ਨੂੰ ਲੈ ਕੇ ਜਾਂਦੇ ਖੇਤੀ ਵਾਲੇ ਕੰਮ 'ਤੇ, ਕਿਉਂਕਿ ਬਾਹਰ ਜਦੋਂ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਨਾ ਹੁੰਦਾ ਤਾਂ ਉੱਥੇ ਜਿਹੜਾ ਪੁਲਿਸ ਵਾਲਿਆਂ ਦਾ ਕਾਫੀ ਜਿਹੜਾ ਪੰਗਾ ਪੈਣ ਦਾ ਡਰ ਆ।
ਅਤੇ ਮਾਲਕ ਡਰਦੇ ਆ ਇਸ ਕਰਕੇ ਕੱਚੇ ਬੰਦੇ ਨੂੰ ਜਿਹੜਾ ਕੰਮ 'ਤੇ ਨਹੀਂ ਰੱਖਦੇ। ਅਤੇ ਜ਼ਿਆਦਾਤਰ ਜਿਹੜੇ ਨਾ ਪੋਲੀ ਵਾਲੀ ਸਾਈਡ ਆ ਕੱਚੇ ਬੰਦੇ ਜਿਹੜੇ ਹੈਗੇ ਆ ਉਹ ਸਤਾਲਿਆਂ ਦੇ ਵਿੱਚ, ਜਿਵੇਂ ਕਿ ਆਪਾਂ ਡੇਅਰੀ ਫਾਰਮ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਉਹਨਾਂ ਦੇ ਵਿੱਚ ਉਹ ਕੰਮ ਕਰਦੇ ਆ। ਅਤੇ ਕਈ ਵੀਰਾਂ ਦਾ ਇਹ ਬਹੁਤ ਸਵਾਲ ਆਉਂਦਾ ਕਿ ਸਾਨੂੰ ਕਿਹੜਾ ਕੰਮ ਇੰਡੀਆ ਤੋਂ ਸਿੱਖ ਕੇ ਆਉਣਾ ਚਾਹੀਦਾ ਆ। ਵੈਸੇ ਤਾਂ ਤੁਸੀਂ ਇੰਡੀਆ ਤੋਂ ਜਿਹੜਾ ਕੋਈ ਵੀ ਕੰਮ ਸਿੱਖ ਕੇ ਆ ਸਕਦੇ ਆ, ਕਿਉਂਕਿ ਕੋਈ ਵੀ ਕਿਸੇ ਵੀ ਕੰਮ ਦਾ ਜੇਕਰ ਤੁਹਾਡੇ ਕੋਲ ਹੁਨਰ ਹੈਗਾ ਆ ਤਾਂ ਬਹੁਤ ਵਧੀਆ ਗੱਲ ਆ। ਅਤੇ ਜਦੋਂ ਤੁਸੀਂ ਇਟਲੀ ਦੇ ਵਿੱਚ ਪੱਕੇ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਤੁਸੀਂ ਉਹ ਵਾਲਾ ਕੰਮ ਜਿਹੜਾ ਉਹ ਕਰ ਸਕਦੇ ਆ। ਅਤੇ ਜਦੋਂ ਬੰਦੇ ਕੋਲ ਪੇਪਰ ਆ ਜਾਂਦੇ ਉੱਦਾਂ ਵੈਸੇ ਵੀ ਫਿਰ ਉਹਦੇ ਕੋਲ ਜਿਹੜੇ ਆ ਕਾਫੀ ਜਿਹੜੀਆਂ ਆਪਸ਼ਨਾਂ ਹੋ ਜਾਂਦੀਆਂ ਆ ਅਤੇ ਕਾਫੀ ਸਹੂਲਤਾਂ ਉਹਨੂੰ ਜਿਹੜੀਆਂ ਮਿਲਣ ਲੱਗ ਪੈਂਦੀਆਂ। ਅਤੇ ਸਰਕਾਰ ਜਿਹੜਾ ਆ ਜਿਹੜੇ ਬੰਦਿਆਂ ਦਾ ਫਿਰ ਟੈਕਸ ਜਾਂਦਾ, ਜਿਵੇਂ ਕਿ ਜਦੋਂ ਤੁਸੀਂ ਕੰਮ ਕਰਦੇ ਆ ਤੁਹਾਡੇ ਕੋਲ ਪੇਪਰ ਹੈਗੇ ਆ ਤਾਂ ਤੁਹਾਡਾ ਜਿਹੜਾ ਮਾਲਕ ਹੈ ਉਹ ਤੁਹਾਡਾ ਜਿਹੜਾ ਆ ਟੈਕਸ ਦਿਆ ਕਰੂਗਾ ਮਾਲਕ ਸਰਕਾਰ ਨੂੰ। ਅਤੇ ਸਰਕਾਰ ਵੱਲੋਂ ਫਿਰ ਤੁਹਾਨੂੰ ਸਾਲ ਵੱਲੋਂ ਜਿਹੜਾ ਆ ਦਮਾਂਦਾ ਆਇਆ ਕਰਨਾ, ਜਿਵੇਂ ਕਿ 4 ਜਾਂ 5 ਹਜ਼ਾਰ ਯੂਰੋ, ਉਹ ਬਾਕੀ ਡਿਪੈਂਡ ਕਰਦਾ ਕਿ ਤੁਹਾਡਾ ਕਿੰਨੀ ਤੁਹਾਨੂੰ ਜਿਹੜਾ ਸੈਲਰੀ ਪੇ ਕਰਦਾ ਤੁਹਾਡਾ ਜਿਹੜਾ ਮਾਲਕ ਆ, ਉਹਦੇ ਹਿਸਾਬ ਨਾਲ ਫਿਰ ਜਿਹੜਾ ਤੁਹਾਨੂੰ ਦਮਾਂਦਾ ਆਉਂਦਾ ਆ ਸਾਲ ਬਾਅਦ। ਅਤੇ ਇਸ ਤਰੀਕੇ ਨਾਲ ਕਾਫੀ ਜਿਹੜੇ ਆ ਬੈਨੀਫਿਟ ਆ ਜਦੋਂ ਬੰਦਾ ਪੱਕਾ ਹੋ ਜਾਂਦਾ। ਅਤੇ ਕੱਚੇ ਬੰਦੇ ਦੀ ਜਿਹੜੀ ਜ਼ਿੰਦਗੀ ਆ ਬਹੁਤ ਇੱਥੇ ਆ ਕੇ ਯੂਰਪ ਦੇ ਵਿੱਚ ਕਾਫੀ ਸਟਰਗਲ ਕਰਨਾ ਪੈਂਦਾ ਕੱਚੇ ਬੰਦੇ ਨੂੰ। ਅਤੇ ਜਦੋਂ ਵੀ ਤੁਸੀਂ ਨਵੇਂ ਨਵੇਂ ਇਟਲੀ ਨੂੰ ਆਉਂਦੇ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਧਿਆਨ ਆ ਆਪਣੇ ਪੇਪਰ ਬਣਾਉਣ ਦੇ ਵਿੱਚ ਲਗਾਇਆ ਕਰੋ। ਅਤੇ ਜਦੋਂ ਤੁਹਾਡੇ ਪੇਪਰ ਬਣ ਗਏ ਉਸ ਤੋਂ ਬਾਅਦ ਜਿਹੜਾ ਤੁਸੀਂ ਕੋਈ ਵੀ ਆਪਣੀ ਮਨਪਸੰਦ ਦਾ ਜਿਹੜਾ ਕੰਮ ਉਹ ਕਰ ਸਕਦੇ ਆ। ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹੈਗੇ ਆ ਜੀ ਆਪਾਂ ਤੁਹਾਡੇ ਦੁਆਰਾ ਜਿਹੜੇ ਕੀਤੇ ਜਾਂਦੇ ਵੀਡੀਓ ਦੇ ਥੱਲੇ ਕਮੈਂਟ। ਅਤੇ ਜੇਕਰ ਤੁਹਾਡੇ ਕਮੈਂਟ ਦਾ ਜਵਾਬ ਜਿਹੜਾ ਵੀਡੀਓ ਦੇ ਵਿੱਚ ਨਹੀਂ ਹੁੰਦਾ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਜਾ ਕੇ ਫੋਲੋ ਕਰਕੇ ਉੱਥੇ ਜਾ ਕੇ ਮੈਸੇਜ ਕਰਕੇ ਕੋਈ ਵੀ ਸਵਾਲ ਜਵਾਬ ਜਿਹੜਾ ਪੁੱਛ ਸਕਦੇ ਆ। ਅਤੇ ਹੁਣ ਸਭ ਤੋਂ ਪਹਿਲਾਂ ਆਪਾਂ ਕਮੈਂਟ ਦੇਖ ਲੈਂਦੇ ਹਾਂ ਜੀ ਹਰਦੀਪ ਗਿੱਲ ਵੱਲੋਂ। ਅਤੇ ਇਹਨਾਂ ਦਾ ਕਮੈਂਟ ਹੈਗਾ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਕਹਿੰਦੇ ਹੈਗੇ 21 ਨੂੰ ਪੇਪਰ ਕਲਿੱਕ ਕੀਤੇ ਸੀਗੇ ਡੋਮੈਸਟਿਕ, ਅਤੇ ਟਾਈਮ ਹੈਗਾ ਆ 9:03:30, ਅਤੇ ਪੇਪਰ ਜਿਹੜੇ ਇਹਨਾਂ ਦੇ ਕਲਿੱਕ ਹੋਏ ਆ ਜੀ ਪੁਰਦੀ ਨੋਨੇ ਤੋਂ। ਅਤੇ ਇਹ ਕਹਿੰਦੇ ਹੈਗੇ ਆ ਕੋਈ ਚਾਂਸ ਹੈਗੇ ਆ ਪੇਪਰ ਨਿਕਲਣ ਦੇ। ਅਤੇ ਜਿਹੜਾ ਹੁਣ ਪੁਰਦੀ ਨੋਨੇ ਦਾ ਕੋਟਾ ਹੈਗਾ ਜੀ ਡੋਮੈਸਟਿਕ ਸਿਰਫ 10 ਕੋਟਾ ਆ, ਅਤੇ ਹੁਣ ਡਿਪੈਂਡ ਕਰਦਾ ਕਿ ਕਿੰਨੇ ਜਣਿਆਂ ਨੇ ਉੱਥੋਂ ਪੇਪਰ ਭਰਾਏ ਹੋਊਗੇ। ਅਤੇ ਸਿਰਫ 10 ਕੋਟਾ ਆ, ਅਤੇ ਤੁਸੀਂ ਆਪੇ ਹਿਸਾਬ ਲਾ ਲਓ ਕਿ ਚਾਂਸ ਜਿਹੜੇ ਕਿੰਨੇ ਕੁ ਪਰਸੈਂਟ ਆ। ਅਤੇ ਇਸ ਤੋਂ ਬਾਅਦ ਹੁਣ ਅਗਲੇ ਕਮੈਂਟ ਵੱਲ ਚੱਲਦੇ ਹਾਂ ਜੀ। ਅਗਲਾ ਕਮੈਂਟ ਹੈਗਾ ਦਵਿੰਦਰ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ 9 ਮੰਥ ਵਾਲੇ ਪੇਪਰ ਸੀਗੇ ਰੋਮਾ ਸਿਟੀ ਤੋਂ, ਅਤੇ ਦੱਸਿਓ ਪਲੀਜ਼ ਨੇਮ ਦਵਿੰਦਰ ਸਿੰਘ। ਅਤੇ 9 ਮੰਥ ਵਾਲੇ ਜਿਹੜੇ ਪੇਪਰ ਆ ਰੋਮਾ ਤੋਂ, ਜਿਹੜਾ ਆਪਾਂ ਕੋਟਾ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਕਿ 9 ਮੰਥ ਵਾਲਿਆਂ ਦਾ ਕੋਟਾ ਜਿਹੜਾ ਕਿੰਨਾ ਆ। ਅਤੇ ਕਾਫੀ ਕੋਟਾ ਆ 9 ਮੰਥ ਵਾਲਿਆਂ ਦਾ, ਤਾਂ ਜਿਹੜੇ ਤਾਂ ਮਾਲਕਾਂ ਵੱਲੋਂ ਪੇਪਰ ਭਰ ਹੋਣੇ ਸੀਗੇ ਉਹ ਹੈਗੇ ਜੀ ਕੋਟਾ ਰੋਮਾ ਤੋਂ 1500, ਤਾਂ ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਉਹ ਕੋਟਾ ਹੈਗਾ ਜੀ 500। ਅਤੇ ਕਾਫੀ ਚਾਂਸ ਆ, ਬਾਕੀ ਤੁਹਾਡੀ ਟਾਈਮਿੰਗ 'ਤੇ ਡਿਪੈਂਡ ਆ ਕਿ ਤੁਹਾਡੇ ਪੇਪਰ ਜਿਹੜੇ ਉਹ ਨਿਕਲਣੇ ਆ ਜਾਂ ਨਹੀਂ। ਜੇਕਰ ਤੁਹਾਡੀ ਟਾਈਮਿੰਗ ਜਿਹੜੀ ਆ 50 ਮਿੰਟਾਂ ਦੇ ਅੰਦਰ ਅੰਦਰ ਆ ਤਾਂ ਕਾਫੀ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਹਰਨੇਕ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਜੀ ਅਰੀਜ਼ੋ ਸਿਟੀ 2 ਦਸੰਬਰ ਸਾਲ ਵਾਲੇ ਪੇਪਰ ਸੀਗੇ, ਅਤੇ ਅਪਡੇਟ ਦੱਸੋ। ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਆਪਣੇ ਕਾਫੀ ਵੀਰਾਂ ਨੇ ਆਪਾਂ ਨਾਲ ਸ਼ੇਅਰ ਕੀਤਾ ਸੀਗਾ ਕਿ ਦਸੰਬਰ ਵਾਲੇ ਜਿਹੜੇ ਪੇਪਰ ਉਹਨਾਂ ਦੇ ਨਿਕਲ ਰਹੇ ਆ, ਭਾਵੇਂ ਉਹ 9 ਮਹੀਨੇ ਵਾਲੇ ਆ ਡੋਮੈਸਟਿਕ ਆ ਜਾਂ ਦੂਜੇ ਸਾਲ ਵਾਲੇ ਆ। ਅਤੇ ਜੇਕਰ ਤੁਹਾਡੇ ਵੀ ਪੇਪਰ ਨਿਕਲਦੇ ਆ ਤਾਂ ਕਿਸੇ ਵੀ ਵੀਰ ਭਰਾ ਦੇ ਜਿਹੜੇ ਆਪਾਂ ਨੂੰ ਸੁਣਦੇ ਆ, ਭਾਵੇਂ ਉਹ ਮਾਰਚ ਵਾਲੇ ਆ ਦਸੰਬਰ ਵਾਲੇ, ਤਾਂ ਤੁਸੀਂ ਸਾਨੂੰ ਜ਼ਰੂਰ ਦੱਸ ਸਕਦੇ ਆ। ਅਤੇ ਜੇਕਰ ਹੁਣ ਆਪਾਂ ਅਰੀਜ਼ੋ ਸਿਟੀ ਦਾ ਜਿਹੜਾ ਕੋਟਾ ਦੇਖ ਲਈਏ, ਜਿਹੜੇ ਸਾਲ ਵਾਲੇ ਪੇਪਰ ਸੀਗੇ ਦਸੰਬਰ ਵਾਲੇ, ਤਾਂ ਉਹਨਾਂ ਦਾ ਕੋਟਾ ਹੈਗਾ ਆ ਜੀ 90। ਅਤੇ ਬਾਕੀ ਤੁਸੀਂ ਆਪਣੀ ਟਾਈਮਿੰਗ ਅਤੇ ਆਪਣੇ ਏਜੰਟ ਨੂੰ ਇੱਕ ਵਾਰ ਜ਼ਰੂਰ ਪੁੱਛ ਲਿਓ ਤੁਹਾਡਾ ਜਿਹੜਾ ਪੇਪਰਾਂ ਦਾ ਪ੍ਰੋਸੈਸ ਜਿਹੜਾ ਕਿੱਥੇ ਕੁ ਤੱਕ ਪਹੁੰਚ ਗਿਆ, ਕਿਉਂਕਿ ਇਹ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਇਹਨਾਂ ਨੂੰ ਨਿਕਲਣ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ। ਤਾਂ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਆ ਜੀ। ਅਗਲਾ ਕਮੈਂਟ ਹੈਗਾ ਆ ਕੋਈ ਯੂਜ਼ਰ ਨੇਮ, ਅਤੇ ਕਹਿ ਰਹੇ ਹੈਗੇ ਆ ਭਾਅ ਜੀ ਮੇਰੇ ਪੇਪਰ ਬਾਰੀ ਸਿਟੀ ਤੋਂ ਭਰ ਹੋਏ ਸੀਗੇ 9:10:53, ਅਤੇ ਇਹ ਕਹਿੰਦੇ ਹੈਗੇ ਕਿ ਪੇਪਰ ਇਹਨਾਂ ਦੇ ਨਿਕਲ ਜਾਊਗੇ ਜਾਂ ਨਹੀਂ।
ਅਤੇ ਸਭ ਤੋਂ ਪਹਿਲਾਂ ਹੁਣ ਆਪਾਂ ਦੇਖ ਲੈਂਦੇ ਹੈਗੇ ਹਾਂ ਜੀ ਬਾਰੀ ਸਿਟੀ ਦਾ ਕੋਟਾ। ਅਤੇ ਬਾਰੀ ਸਿਟੀ ਦਾ ਜਿਹੜਾ ਕੋਟਾ ਇਸ ਵਾਰ ਕਾਫੀ ਜ਼ਿਆਦਾ ਆ, ਅਤੇ ਜਿਹੜੇ ਤਾਂ ਸਾਲ ਵਾਲੇ ਪੇਪਰ ਸੀਗੇ ਬਾਰੀ ਵਿੱਚੋਂ, ਉਹਨਾਂ ਦਾ ਕੋਟਾ ਹੈਗਾ ਆ 2370 ਕੁ ਦੇ ਕਰੀਬ। ਅਤੇ ਉਸ ਤੋਂ ਬਾਅਦ ਜਿਹੜਾ ਡੋਮੈਸਟਿਕ ਕੋਟਾ ਹੈ ਬਾਰੀ ਦਾ, ਉਹ ਹੈਗਾ ਜੀ 550। ਅਤੇ ਕਾਫੀ ਚਾਂਸ ਆ ਜਿਨ੍ਹਾਂ ਨੇ ਵੀਰਾਂ ਨੇ ਆਪਾਂ ਨੇ ਬਾਰੀ ਤੋਂ ਪੇਪਰ ਭਰਾਇਓ ਆ, ਭਾਵੇਂ ਉਹ 9 ਮਹੀਨੇ ਵਾਲੇ ਆ, ਸਾਲ ਵਾਲੇ ਆ ਅਤੇ ਡੋਮੈਸਟਿਕ ਪੇਪਰ ਆ, ਕਿਉਂਕਿ ਕਾਫੀ ਕੋਟਾ ਹੁੰਦਾ। ਆਪਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਬਾਰੀ ਸਲੇਰ ਨੂੰ, ਨਾ ਪੋਲੀ ਅਤੇ ਸਰੈਂਤੋ, ਇਹਨਾਂ ਦਾ ਕਾਫੀ ਜਿਹੜਾ ਕੋਟਾ ਹੁੰਦਾ ਆ, ਭਾਵੇਂ ਉਹ ਡੋਮੈਸਟਿਕ ਪੇਪਰ ਸਾਲ ਵਾਲੇ ਅਤੇ ਜਾਂ ਭਾਵੇਂ ਉਹ 9 ਮਹੀਨੇ ਵਾਲੇ ਆ, ਇਹਨਾਂ ਦੇ ਪੇਪਰ ਜਿਹੜੇ ਆ ਕਾਫੀ ਚਾਂਸ ਹੁੰਦੇ ਇੱਥੋਂ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਆ ਮਨਪ੍ਰੀਤ ਖਾਲਸਾ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ, ਭਾਅ ਜੀ CE 18 ਮਾਰਚ ਦਾ ਕੋਟਾ ਕਿੰਨਾ ਹੈ ਜੀ? ਅਤੇ CE ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹੈਗੇ ਆ ਜੀ, CE ਦਾ ਮਤਲਬ ਹੈਗਾ ਜੀ ਕਸੇਰਤਾ। ਕਸੇਰਤੇ ਤੋਂ ਇਹਨਾਂ ਦੇ ਜਿਹੜੇ ਪੇਪਰ ਆ ਉਹ ਭਰ ਹੋਏ ਸੀਗੇ, ਅਤੇ ਕਸੇਰਤੇ ਦਾ ਆਪਾਂ ਦੇਖ ਲੈਂਦੇ ਹਾਂ ਸਾਲ ਵਾਲਾ ਕੋਟਾ ਹੈਗਾ ਹੈ ਜੀ 250, ਅਤੇ ਕਸੇਰਤੇ ਦਾ ਡੋਮੈਸਟਿਕ ਜਿਨ੍ਹਾਂ ਨੇ ਪੇਪਰ ਭਰਾਓ ਆਪਣੇ ਵੀਰਾਂ ਨੇ, ਉਹਨਾਂ ਲਈ ਕੋਟਾ ਹੈਗਾ 123, ਅਤੇ ਸਾਲ ਵਾਲਾ ਹੈਗਾ ਹੈ 250। ਅਤੇ ਬਾਕੀ ਹੁਣ ਤੁਹਾਡੀ ਟਾਈਮਿੰਗ 'ਤੇ ਡਿਪੈਂਡ ਕਰਦਾ ਹੈ, ਤੁਸੀਂ ਆਪਣੀ ਸਲਿੱਪ ਉੱਤੇ ਦੇਖ ਸਕਦੇ ਕਿੰਨੀ ਟਾਈਮਿੰਗ ਹੈ ਤੁਹਾਡੀ। ਜਿੰਨੀ ਜਲਦੀ ਤੁਹਾਡੇ ਪੇਪਰ ਜਿਹੜੇ ਆ ਭਰ ਹੋਏ ਸੀਗੇ, ਉਨੀ ਜਲਦੀ ਜਿਹੜੇ ਤੁਹਾਡੇ ਕਾਫੀ ਚਾਂਸ ਆ ਪੇਪਰ ਨਿਕਲਣ ਦੇ। ਅਤੇ ਠੀਕ 9 ਵਜੇ ਜਿਹੜੀ ਇਹ ਸਾਈਟ ਓਪਨ ਹੋ ਚੁੱਕੀ ਸੀਗੀ ਪੇਪਰ ਭਰ ਹੋਣ ਵਾਲੀ, ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹਿਸਾਬ ਲਾ ਸਕਦੇ ਹੋ, ਕਿਉਂਕਿ ਸਲਿੱਪ ਉੱਤੇ ਤੁਹਾਡੇ ਲਿਖੇ ਆਉਂਦਾ ਕਿੰਨਾ ਟਾਈਮ ਆ। ਅਤੇ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਤੇ ਭੇਜ ਸਕਦੇ ਹਾਂ, ਆਪਾਂ ਜਿਹੜਾ ਚੈੱਕ ਕਰਕੇ ਤੁਹਾਨੂੰ ਦੱਸ ਦੇਵਾਂਗੇ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਆ ਹਬੀਬੀ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਬ੍ਰਿੰਦੀਸੀ ਤੋਂ ਸੀਜ਼ਨਲ ਦਾ ਕੋਈ ਅਪਡੇਟ ਹੈਗੀ ਤਾਂ ਦੱਸਿਓ। ਅਤੇ ਮੈਂ 23 ਵਾਲੇ ਵੀ ਪੇਪਰ ਭਰਾਏ ਸੀਗੇ ਅਤੇ 2024 ਵਾਲੇ ਵੀ ਭਰਾਏ ਸੀਗੇ, ਪਰ ਹਜੇ ਤੱਕ ਜਿਹੜੀ ਕੋਈ ਵੀ ਅਪਡੇਟ ਜਿਹੜੀ ਨਹੀਂ ਮਿਲੀ ਬ੍ਰਿੰਦੀਸੀ ਤੋਂ, ਕੋਈ ਅਪਡੇਟ ਹੈਗੀ ਆ ਤਾਂ ਜ਼ਰੂਰ ਦੱਸਿਓ। ਅਤੇ ਜਿਹੜੇ ਸੀਜ਼ਨਲ ਪੇਪਰਾਂ ਦਾ ਕੋਟਾ ਸੀਗਾ ਜੀ ਬ੍ਰਿੰਦੀਸੀ ਤੋਂ 2024 ਦੇ ਵਿੱਚ, ਇਹ ਜਿਹੜਾ ਮਾਲਕਾਂ ਵੱਲੋਂ ਕੋਟਾ ਹੈਗਾ ਉਹ ਹੈਗਾ ਹੈ ਜੀ 150, ਜਿਹੜਾ ਐਗਰੀਕਲਚਰ ਏਜੰਸੀਆਂ ਵੱਲੋਂ ਉਹ ਕੋਟਾ ਹੈਗਾ ਜੀ 200। ਅਤੇ ਜਿਹੜੇ ਆਪਣੇ ਵੀਰਾਂ ਨੇ ਡੋਮੈਸਟਿਕ ਪੇਪਰ ਭਰਾਏ ਹੈਗੇ ਆ ਬ੍ਰਿੰਦੀਸੀ ਤੋਂ, ਅਤੇ ਬ੍ਰਿੰਦੀਸੀ ਤੋਂ ਡੋਮੈਸਟਿਕ ਪੇਪਰਾਂ ਦਾ ਕੋਟਾ ਹੈਗਾ ਹੈ ਜੀ 0, ਅਤੇ ਕਾਫੀ ਧਿਆਨ ਰੱਖਿਓ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਭਰਾਇਓ ਆ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਵੱਲਦੇ ਹੈਗੇ ਆ ਜੀ। ਅਗਲਾ ਕਮੈਂਟ ਹੈਗਾ ਮਨਦੀਪ ਸੰਧੂ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ, ਭਾਅ ਜੀ ਮੇਰੇ ਰੀਜੋ ਕਲਾਬਰੀਆ ਤੋਂ ਡੋਮੈਸਟਿਕ ਪੇਪਰ ਭਰ ਹੋਏ ਸੀਗੇ, ਟਾਈਮਿੰਗ ਹੈਗੀ ਆ 9:13 ਅਤੇ 21 ਮਾਰਚ ਨੂੰ ਜਿਹੜੇ ਪੇਪਰ ਭਰ ਹੋਏ ਸੀਗੇ, ਕਹਿੰਦੇ ਕਿੰਨੇ ਕੁ ਚਾਂਸ ਆ ਪੇਪਰ ਨਿਕਲਣ ਦੇ। ਅਤੇ ਸਭ ਤੋਂ ਪਹਿਲਾਂ ਹੁਣ ਆਪਾਂ ਰੀਜੋ ਕਲਾਵਰੀਆ ਦਾ ਜਿਹੜਾ ਡੋਮੈਸਟਿਕ ਕੋਟਾ ਦੇਖ ਲੈਂਦੇ ਹਾਂ, ਅਤੇ ਉਹ ਹੈਗਾ ਜੀ 280, ਅਤੇ ਟਾਈਮਿੰਗ ਜਿਹੜੀ ਤੁਹਾਡੀ ਵੈਸੇ ਤਾਂ ਕਾਫੀ ਲੇਟ ਆ, ਪਰ ਹੁਣ ਡਿਪੈਂਡ ਕਰਦਾ ਕਿ ਕਿੰਨੇ ਟਾਈਮਿੰਗ 'ਤੇ ਜਿਹੜੀ ਇਹ ਸਾਈਟ ਉੱਥੇ ਓਪਨ ਹੋਈ ਸੀਗੀ ਅਤੇ ਕਿੰਨੇ ਜਣਿਆਂ ਨੇ ਉੱਥੋਂ ਪੇਪਰ ਭਰੇ ਆ। ਅਤੇ ਹਜੇ ਥੋੜ੍ਹੀ ਜਿਹੀ ਹੋਰ ਵੇਟ ਕਰ ਲਓ, ਤੁਹਾਨੂੰ ਲੱਗ ਜਾਣਾ ਪਤਾ ਤੁਹਾਡੇ ਪੇਪਰ ਜਿਹੜੇ ਆ ਕਿੰਨੇ ਕੁ ਪਰਸੈਂਟ ਚਾਂਸ ਆ ਨਿਕਲਦੇ, ਕਿਉਂਕਿ ਹੁਣ ਮਾਲਕਾਂ ਨੂੰ ਜਿਹੜੀਆਂ ਮੇਲਾਂ ਆਉਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਦੇ ਪੇਪਰ ਜਿਹੜੇ ਕੋਟੇ ਵਿੱਚ ਆ ਚੁੱਕੇ ਆ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲੇ ਕਮੈਂਟ ਹੈਗਾ ਪਿੰਕੀ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਇਹਨਾਂ ਦਾ ਕਮੈਂਟ ਹੈਗਾ 13 ਦਾ ਡੋਮੈਸਟਿਕ ਕੋਟਾ ਕਿੰਨਾ ਹੈ? ਮੇਰੇ ਪੇਪਰ 13 ਤੋਂ 9:04 ਅਤੇ 20 ਸੈਕਿੰਡ ਅਤੇ 2024 ਵਾਲੇ ਜਿਹੜੇ ਸੀਗੇ ਉਹ ਫੇਲ ਹੋਏ ਸੀਗੇ, ਅਤੇ ਕਹਿੰਦੇ ਰਿਪਲਾਈ ਜ਼ਰੂਰ ਕਰ ਦਿਓ। ਅਤੇ ਜੇਕਰ ਆਪਾਂ ਹੁਣ ਸਭ ਤੋਂ ਪਹਿਲਾਂ ਦੇਖ ਲਈਏ 13 ਦਾ ਡੋਮੈਸਟਿਕ ਕੋਟਾ ਹੈਗਾ ਜੀ 40, ਅਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਡੋਮੈਸਟਿਕ ਪੇਪਰ ਆ ਜਦੋਂ ਸਾਈਟ ਓਪਨ ਹੋ ਜਾਂਦੀ ਆ ਬਹੁਤ ਜਲਦੀ ਜਿਹੜੇ ਤੁਹਾਡੇ ਪੇਪਰ ਭਰ ਹੋਣੇ ਚਾਹੀਦੇ ਆ, ਕਿਉਂਕਿ ਡੋਮੈਸਟਿਕ ਪੇਪਰਾਂ ਦਾ ਖਾਸ ਕਰਕੇ ਕੋਟਾ ਜਿਹੜਾ ਕਾਫੀ ਘੱਟ ਹੁੰਦਾ, ਅਤੇ ਕਨਵਰਸਿਓ ਨੇ ਜਿਨ੍ਹਾਂ ਨੇ ਦਵਾਂਦਾ ਕੀਤਾ ਹੁੰਦਾ ਆ ਪੇਪਰ ਚੇਂਜ ਕਰਾਉਣ ਦੇ ਲਈ, ਉਹਨਾਂ ਦਾ ਵੀ ਡੋਮੈਸਟਿਕ ਕੋਟਾ ਜਿਹੜਾ ਕਾਫੀ ਘੱਟ ਹੁੰਦਾ ਆ। ਅਤੇ ਜਿਹੜੇ ਪੇਪਰ ਆ ਬਹੁਤ ਜਲਦੀ ਤੁਹਾਡਾ ਆ ਜਿਹੜਾ ਇਹ ਕਲਿੱਕ ਹੋਣੇ ਚਾਹੀਦੇ ਆ,
ਤਾਂ ਕਰਕੇ ਤੁਹਾਡੇ ਜਿਹੜੇ ਇਹ ਪੇਪਰ ਨਿਕਲਦੇ ਹੁੰਦੇ ਆ, ਅਤੇ ਬਾਕੀ ਥੋੜ੍ਹੀ ਜਿਹੀ ਵੇਟ ਕਰ ਲਓ, ਤੁਹਾਨੂੰ ਪਤਾ ਲੱਗ ਜਾਣਾ ਪੇਪਰ ਜਿਹੜੇ ਆ ਕਦੋਂ ਕੁ ਤੱਕ ਨਿਕਲਣੇ ਆ। ਅਤੇ ਇਸ ਤੋਂ ਬਾਅਦ ਹੁਣ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਆ ਜੀ। ਅਗਲਾ ਕਮੈਂਟ ਹੈਗਾ ਆ ਰਮੇਸ਼ ਸੈਣੀ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਭਾਅ ਜੀ ਭਾਦੋਵਾ ਸੇ ਡੋਮੈਸਟਿਕ ਕੋਟਾ ਕਿਤਨਾ ਹੈ। ਅਤੇ ਜੇਕਰ ਆਪਾਂ ਦੇਖ ਲਈਏ ਭਾਦੋਵਾ ਦਾ ਜਿਹੜਾ ਡੋਮੈਸਟਿਕ ਕੋਟਾ ਹੈ 2024 ਵਾਲੇ ਪੇਪਰਾਂ ਦਾ, ਉਹ ਹੈਗਾ ਜੀ 160। ਅਤੇ ਬਾਕੀ ਤੁਹਾਡੀ ਟਾਈਮਿੰਗ ਤੁਸੀਂ ਨਹੀਂ ਦੱਸੀ, ਅਤੇ ਤੁਸੀਂ ਆਪਣੀ ਸਲਿੱਪ ਤੋਂ ਦੇਖ ਕੇ ਤੁਸੀਂ ਹਿਸਾਬ ਲਾ ਸਕਦੇ ਕਿੰਨੇ ਕੁ ਜਿਹੜੇ ਚਾਂਸ ਆ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈ ਗੁਰਮੀਤ ਢਿੱਲੋਂ, ਅਤੇ ਇਹਨਾਂ ਦਾ ਕਮੈਂਟ ਜਿਹੜਾ ਆ ਕਾਫੀ ਆਪਾਂ ਨੂੰ ਆਉਂਦਾ ਆ, ਇਹਨਾਂ ਨੂੰ ਅਪੁਆਇੰਟਮੈਂਟ ਦੀ ਜਿਹੜੀ ਲੋੜ ਆ, ਅਤੇ ਅਪੁਆਇੰਟਮੈਂਟਾਂ ਜਿਹੜੀਆਂ ਇਸ ਹਜੇ ਓਪਨ ਨਹੀਂ ਹੋਈਆਂ, ਅਤੇ ਆਪਾਂ ਆਸ ਕਰਦੇ ਹਾਂ ਕਿ ਜਲਦੀ ਅਪੁਆਇੰਟਮੈਂਟਾਂ ਜਿਹੜੀਆਂ ਓਪਨ ਜ਼ਰੂਰ ਹੋ ਗਈਆਂ, ਅਤੇ ਜਿਹੜੇ ਜਿਹੜੇ ਵੀਰਾਂ ਨੂੰ ਅਪੁਆਇੰਟਮੈਂਟ ਦੀ ਲੋੜ ਆ ਅਤੇ ਉਹਨਾਂ ਨੂੰ ਅਪੁਆਇੰਟਮੈਂਟਾਂ ਜਿਹੜੀਆਂ ਮਿਲੂਗੀਆਂ, ਅਤੇ ਆਪਾਂ ਨੇ ਸਾਰੇ ਜਿਹੜੇ ਵੀਰਾਂ ਨੂੰ ਅਪੁਆਇੰਟਮੈਂਟਾਂ ਦੀ ਲੋੜ ਆ ਆਪਾਂ ਨੂੰ ਸਾਰਿਆਂ ਦੀ ਜਿਹੜੀ ਫਿਕਰ ਆ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਕਿਹੜਾ ਵੀਰ ਜਿਹੜਾ ਹੈ ਉਹ ਕਮੈਂਟ ਕਰ ਰਿਹਾ ਅਪੁਆਇੰਟਮੈਂਟ ਦੇ ਲਈ। ਅਤੇ ਜਦੋਂ ਵੀ ਅਪੁਆਇੰਟਮੈਂਟ ਓਪਨ ਹੁੰਦੀ ਆ ਤਾਂ ਆਪਾਂ ਜਿਹੜਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਆ ਤਜਿੰਦਰ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਕਸੇਰਤੇ ਤੋਂ, ਅਤੇ ਕਸੇਰਤੇ ਤੋਂ ਜੀ ਹਜੇ ਜਿਹੜੇ ਇਹ 9 ਮਹੀਨੇ ਵਾਲੇ ਪੇਪਰ ਆ ਇਹ ਨਿਕਲ ਰਹੇ ਆ, ਅਤੇ ਕਾਫੀ ਵੀਰਾਂ ਦੇ ਪੇਪਰ ਇਹ ਨਿਕਲੇ 9 ਮਹੀਨੇ ਵਾਲੇ, ਅਤੇ ਟਾਈਮਿੰਗ ਹੈਗੀ ਆ 9:01 ਦੇ ਕਰੀਬ ਜਿਹੜੇ ਕਾਫੀ ਇਹ ਪੇਪਰ ਨਿਕਲੇ ਆ ਵੀਰਾਂ ਦੇ। ਅਤੇ ਉਸ ਤੋਂ ਬਾਅਦ ਜਿਹੜੇ ਇਹ ਸਾਲ ਵਾਲੇ ਅਤੇ ਡੋਮੈਸਟਿਕ ਪੇਪਰ, ਇਹਨਾਂ ਨੂੰ ਹਜੇ ਥੋੜ੍ਹੀ ਜਿਹੀ ਵੇਟ ਕਰਨੀ ਪਊਗੀ, ਅਤੇ ਜਲਦੀ ਜਿਹੜੇ ਇਹ ਵੀ ਪੇਪਰ ਨਿਕਲਣੇ ਸ਼ੁਰੂ ਹੋ ਜਾਣੇ ਆ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਸਚਿਨ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ 18 ਮਾਰਚ ਕੋ RM ਤੋਂ ਪੇਪਰ ਜਿਹੜੇ ਲਾਏ ਸੀਗੇ ਇਹਨਾਂ ਨੇ, ਟਾਈਮਿੰਗ ਹੈਗੀ ਆ 9:10, ਅਤੇ ਇਹ ਕਹਿੰਦੇ ਹੈਗੇ ਆ ਕਿ ਨੰਬਰ ਇਹਨਾਂ ਦਾ ਆਜੂਗਾ ਜਾਂ ਨਹੀਂ। ਅਤੇ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ RM ਹੈਗਾ ਹੈ ਜੀ ਰੋਮਾ, ਰੋਮਾ ਤੋਂ ਜਿਹੜੇ ਇਹਨਾਂ ਦੇ ਪੇਪਰ ਉਹ ਕਲਿੱਕ ਹੋਏ ਸੀਗੇ ਜਿਹੜੇ ਕਿ ਸਾਲ ਵਾਲੇ ਪੇਪਰ ਸੀਗੇ। ਅਤੇ ਆਪਾਂ ਹੁਣ ਸਾਲ ਵਾਲੇ ਪੇਪਰ ਦਾ ਰੋਮਾ ਦਾ ਕੋਟਾ ਵੀ ਦੇਖ ਲੈਂਦੇ ਹਾਂ ਜਿਹੜਾ ਕਿ ਹੈਗਾ ਜੀ 2000। ਕਾਫੀ ਚਾਂਸ ਆ ਇੱਥੋਂ ਪੇਪਰ ਨਿਕਲਣ ਦੇ, ਭਾਵੇਂ ਜਿਹੜੇ ਤੁਹਾਡੀ ਇਹ ਟਾਈਮਿੰਗ ਜਿਹੜੀ ਕਾਫੀ ਲੇਟ ਆ, ਪਰ ਬਹੁਤ ਚਾਂਸ ਆ ਤੁਹਾਡੇ ਪੇਪਰ ਨਿਕਲਣ ਦੇ। ਅਤੇ ਰੋਮਾ ਦਾ ਡੋਮੈਸਟਿਕ ਕੋਟਾ, ਜਿਨ੍ਹਾਂ ਨੇ ਡੋਮੈਸਟਿਕ ਪੇਪਰ ਭਰਾ ਹੋਇਆ ਰੋਮਾ ਤੋਂ, ਉਹਨਾਂ ਦਾ ਵੀ ਕੋਟਾ ਕਾਫੀ ਜ਼ਿਆਦਾ ਆ, ਕੋਟਾ ਹੈਗਾ ਜੀ ਡੋਮੈਸਟਿਕ 1000। ਅਤੇ ਬਹੁਤ ਚਾਂਸ ਆ ਰੋਮਾ ਤੋਂ ਪੇਪਰ ਨਿਕਲਣ ਦੇ। ਅਤੇ ਜਦੋਂ ਵੀ ਤੁਹਾਡੇ ਪੇਪਰ ਨਿਕਲਦੇ ਆ ਤਾਂ ਤੁਸੀਂ ਸਾਨੂੰ ਇੱਕ ਵਾਰ ਕਮੈਂਟ ਕਰਕੇ ਦੱਸ ਸਕਦੇ ਹਾਂ, ਤਾਂ ਜੋ ਹੋਰ ਵੀ ਜਿਹੜੇ ਆਪਣੇ ਵੀਰ ਭਰਾ ਆਪਾਂ ਨੂੰ ਦੇਖਦੇ ਸੁਣਦੇ ਆ ਉਹਨਾਂ ਨੂੰ ਵੀ ਜਿਹੜੀ ਆ ਇਨਫੋਰਮੇਸ਼ਨ ਇਹ ਮਿਲ ਸਕੇ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਆ ਲਾਡੀ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਭਾਅ ਜੀ ਅਵਲੀਨੋ 9 ਮੰਥ ਵਾਲੇ ਪੇਪਰ ਕਿੰਨਾ ਕੋਟਾ ਆ। ਅਤੇ ਹੁਣ ਜੇ ਆਪਾਂ ਦੇਖ ਲਈਏ ਜਿਹੜੇ ਤਾਂ ਆਪਣੇ ਵੀਰਾਂ ਨੇ ਅਵਲੀਨੋ ਤੋਂ ਪੇਪਰ ਭਰਾਇਓ ਆ 9 ਮਹੀਨੇ ਵਾਲੇ, ਉਹਦਾ ਕੋਟਾ ਹੈਗਾ ਜੀ, ਜਿਹੜੇ ਤਾਂ ਮਾਲਕਾਂ ਵੱਲੋਂ ਪੇਪਰ ਭਰ ਹੋਣੇ ਸੀਗੇ ਉਹਦਾ ਕੋਟਾ ਹੈਗਾ ਜੀ 600, ਅਤੇ ਜਿਹੜੇ ਸੀਗੇ ਏਜੰਸੀਆਂ ਵੱਲੋਂ ਐਗਰੀਕਲਚਰ ਉਹਦਾ ਕੋਟਾ ਹੈਗਾ ਜੀ 300। ਅਤੇ ਕਾਫੀ ਕੋਟਾ ਆ ਜਿਨ੍ਹਾਂ ਨੇ ਪੇਪਰ ਭਰਾਇਓ ਆ, ਜੇਕਰ ਤੁਹਾਡੀ ਟਾਈਮਿੰਗ ਵਧੀਆ ਤਾਂ ਕਾਫੀ ਚਾਂਸ ਆ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹੈਗੇ ਜੀ। ਅਗਲਾ ਕਮੈਂਟ ਹੈਗਾ ਜਗਦੀਸ਼ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਬਹਿਰਗਾਮੋ ਡੋਮੈਸਟਿਕ ਪੇਪਰਾਂ ਦਾ ਕੋਟਾ ਮਿਲਣ ਦੀ ਆਸ ਹੈਗੀ ਆ ਜਾਂ ਨਹੀਂ ਹੁਣ ਜਿਹੜੀ ਅਗਲੀ ਲਿਸਟ ਜਾਰੀ ਹੋਊਗੀ। ਅਤੇ ਆਪਾਂ ਤੁਹਾਨੂੰ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਹੁਣ ਡੋਮੈਸਟਿਕ ਪੇਪਰ ਆ ਉਹ ਕਿਸੇ ਵੀ ਤੁਸੀਂ ਜ਼ਿਲ੍ਹੇ ਵਿੱਚੋਂ ਭਰਾਇਓ, ਉਹ ਹੁਣ ਜਿਹੜਾ ਕੋਟਾ ਨਹੀਂ ਵਧੂਗਾ, ਕਿਉਂਕਿ ਸਰਕਾਰ ਨੇ ਜਿਹੜਾ ਪੂਰਾ ਕੋਟਾ ਪਹਿਲੀ ਲਿਸਟ ਦੇ ਵਿੱਚ ਜਿਹੜਾ ਵੰਡ ਦਿੱਤਾ ਸੀਗਾ ਡੋਮੈਸਟਿਕ ਪੇਪਰਾਂ ਦਾ। ਅਤੇ ਹੁਣ ਜਿਹੜਾ ਕੋਟਾ ਵੰਡ ਹੋਊਗਾ ਉਹ ਸਿਰਫ ਹੁਣ 9 ਮਹੀਨੇ ਵਾਲੇ ਪੇਪਰ ਆ ਜਿਹੜਾ ਉਹਨਾਂ ਦਾ ਕੋਟਾ ਵੰਡ ਹੋਣਾ 30,000। ਅਤੇ ਡੋਮੈਸਟਿਕ ਪੇਪਰਾਂ ਦਾ ਕੋਟਾ ਵੈਰਗਾਮੋ ਤੋਂ ਹੈਗਾ ਜੀ 0, ਅਤੇ ਬਰਿੰਦੀਸੂਈ ਤੋਂ ਵੀ 0 ਆ, ਤੋਰੀਨੋ ਤੋਂ ਵੀ 0 ਆ, ਗਰਸੀਤੋ ਤੋਂ ਵੀ 0 ਆ। ਇਹ 4 ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਪੇਪਰ ਨਿਕਲਣ ਦੇ ਚਾਂਸ ਜਿਹੜੇ 0% ਆ।
ਅਤੇ ਹੁਣ ਚੱਲਦੇ ਹੈਗੇ ਜੀ ਅਗਲੇ ਕਮੈਂਟ ਵੱਲ। ਅਗਲਾ ਕਮੈਂਟ ਹੈਗਾ ਅਮਨ ਸ਼ਰਮਾ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ 9:04:30 'ਤੇ 21/3/2024 ਨੂੰ ਜਿਹੜੇ ਡੋਮੈਸਟਿਕ ਪੇਪਰ ਇਹਨਾਂ ਦੇ ਭਰ ਹੋਏ ਸੀਗੇ, ਬਰੇਸੇ ਤੋਂ ਇਹਨਾਂ ਦੇ ਪੇਪਰ ਭਰ ਹੋਏ ਸੀਗੇ, ਕਹਿੰਦੇ ਉਮੀਦ ਰੱਖਣੀ ਚਾਹੀਦੀ ਆ ਜਾਂ ਨਹੀਂ। ਅਤੇ ਹੁਣ ਆਪਾਂ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੋਟਾ ਚੈੱਕ ਕਰ ਲੈਂਦੇ ਹਾਂ ਕਿ ਕਿੰਨਾ ਸੀਗਾ। ਤਾਂ ਬਰੇਸੇ ਦਾ ਜਿਹੜਾ ਡੋਮੈਸਟਿਕ ਕੋਟਾ ਹੈਗਾ ਜੀ ਉਹ ਹੈਗਾ ਆ 300, ਅਤੇ ਬਾਕੀ ਟਾਈਮਿੰਗ ਤੁਹਾਡੀ ਠੀਕ ਆ, ਤੁਹਾਡੇ ਪੇਪਰ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਚਾਂਸ ਆ, 70-80% ਚਾਂਸ ਆ ਤੁਹਾਡੇ ਜਿਹੜੇ ਪੇਪਰ ਇਹ ਨਿਕਲਣ ਦੇ। ਅਤੇ ਜਦੋਂ ਵੀ ਤੁਹਾਡੇ ਪੇਪਰ ਨਿਕਲਦੇ ਆ ਤਾਂ ਸਾਨੂੰ ਇੱਕ ਵਾਰ ਜ਼ਰੂਰ ਤੁਸੀਂ ਦੱਸ ਦਿਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਦੇਖਦੇ ਹਾਂ ਜੀ। ਅਗਲਾ ਕਮੈਂਟ ਹੈਗਾ ਜਗਮੋਹਨ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਨਾ ਪੋਲੀ 2 ਦਸੰਬਰ 2020 ਵਾਲੇ ਪੇਪਰ ਦਾ ਕਿੰਨਾ ਕੋਟਾ ਸੀਗਾ। ਅਤੇ ਜਿਹੜੇ ਨਾ ਪੋਲੀ ਤੋਂ 2 ਦਸੰਬਰ 2020 ਵਾਲੇ ਪੇਪਰ ਭਰ ਹੋਏ ਸੀਗੇ ਇਹਦਾ ਕੋਟਾ ਹੈਗਾ ਜੀ 1200। ਅਤੇ ਕਾਫੀ ਪੀਰਾਂ ਦੇ ਜਿਹੜੇ ਉਹ ਪੇਪਰ ਨਿਕਲ ਰਹੇ ਆ, ਭਾਵੇਂ ਉਹ ਸਾਲ ਵਾਲੇ 9 ਮਹੀਨੇ ਵਾਲੇ ਜਾਂ ਡੋਮੈਸਟਿਕ ਪੇਪਰ ਆ, ਕਿਉਂਕਿ ਇਹ ਜਿਹੜੇ ਪੇਪਰ ਆ ਸਾਲ ਵਾਲੇ ਇਹਨਾਂ ਨੂੰ ਨਿਕਲਣ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ। ਅਤੇ ਹਜੇ ਜਿਹੜੇ ਦਸੰਬਰ ਵਾਲੇ ਆਪਣੇ ਵੀਰਾਂ ਨੇ 9 ਮਹੀਨੇ ਵਾਲੇ ਭਰਾਏ ਸੀਗੇ, ਉਹ ਵੀ ਕਾਫੀਆਂ ਦੇ ਪੇਪਰ ਜਿਹੜੇ ਆ ਨਿਕਲ ਰਹੇ ਆ। ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹੈਗੇ ਜੀ ਆਪਾਂ ਅਗਲੇ ਕਮੈਂਟ ਵੱਲ। ਅਗਲਾ ਕਮੈਂਟ ਹੈਗਾ ਪਰਮਿੰਦਰ ਸਿੰਘ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਸਾਲ ਵਾਲੇ ਜਿਹੜੇ ਦਸੰਬਰ 2023 ਵਿੱਚ ਪੇਪਰ ਭਰ ਹੋਏ ਸੀਗੇ ਕੋਟਾ ਜਿਹੜਾ ਕਦੋਂ ਕੁ ਤੱਕ ਨਿਕਲੂਗਾ। ਅਤੇ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਆ ਕਈ ਵਾਰ ਇਹਨਾਂ ਨੂੰ ਨਿਕਲਦਿਆਂ ਨਿਕਲਦਿਆਂ ਨੂੰ ਸਾਲ ਤੋਂ ਵੀ ਜਿਹੜਾ ਜ਼ਿਆਦਾ ਟਾਈਮ ਹੋ ਜਾਂਦਾ ਆ, ਅਤੇ ਕਈ ਆਪਣੇ ਵੀਰਾਂ ਦੇ 2023 ਵਾਲੇ ਜਿਹੜੇ ਆ ਹੁਣ ਜਾ ਕੇ ਨਿਕਲੇ ਆ, ਅਤੇ ਉਹਨਾਂ ਨੇ ਆਪਣੇ ਨਾਲ ਸ਼ੇਅਰ ਕੀਤਾ ਸੀਗਾ, ਅਤੇ ਆਪਾਂ ਤੁਹਾਨੂੰ ਪਹਿਲੀਆਂ ਵੀਡੀਓ ਦੇ ਵਿੱਚ ਦੱਸਿਆ ਸੀਗਾ। ਅਤੇ ਉਹਨਾਂ ਦੇ ਪੇਪਰ ਜਿਹੜੇ 2023 ਦੇ ਵਿੱਚ ਭਰੇ ਸੀਗੇ, ਅਤੇ 2024 ਦੇ ਵਿੱਚ ਜਾ ਕੇ ਉਹ ਪੇਪਰ ਨਿਕਲੇ ਸੀਗੇ। ਅਤੇ ਜਿਹੜੇ ਉਹਨਾਂ ਦੇ ਪੇਪਰ ਸੀਗੇ ਮਾਰਚ ਮਹੀਨੇ 2023 ਦੇ ਵਿੱਚ ਭਰ ਹੋਏ ਸੀਗੇ, ਅਤੇ 2024 ਦੇ ਵਿੱਚ ਉਹ ਜਾ ਕੇ ਨਿਕਲੇ ਸੀਗੇ। ਅਤੇ ਤੁਸੀਂ ਆਪੇ ਹਿਸਾਬ ਲਾ ਸਕਦੇ ਹਾਂ ਕਿ ਕਈ ਵਾਰ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਇਹਨਾਂ ਨੂੰ ਸਾਲ ਸਾਲ ਵੀ ਲੱਗ ਜਾਂਦਾ ਹੁੰਦਾ, ਪਰ ਜੇਕਰ ਤੁਹਾਡਾ ਕੋਟੇ ਵਿੱਚ ਨਾ ਆਏ ਆ ਤਾਂ ਤੁਹਾਡੇ ਜਿਹੜੇ ਪੇਪਰ ਆ ਉਹ ਜ਼ਰੂਰ ਨਿਕਲਦੇ ਆ। ਤਾਂ ਇਸ ਤੋਂ ਬਾਅਦ ਆਪਾਂ ਚੱਲਦੇ ਹੈਗੇ ਜੀ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਆ ਅਰਸ਼ ਭੁੱਲਰ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰੇ ਲਤੀਨਾ ਸਿਟੀ ਦਾ ਕੋਟਾ ਕਿੰਨਾ ਆ ਜਿਹੜੇ ਦਸੰਬਰ 2023 ਵਿੱਚ ਭਰ ਹੋਏ ਸੀਗੇ। ਅਤੇ ਜੇਕਰ ਆਪਾਂ ਦੇਖ ਲਈਏ ਲਤੀਨਾ ਦਾ ਕੋਟਾ ਜਿਹੜੇ ਤਾਂ ਸਾਲ ਵਾਲੇ ਪੇਪਰ ਭਰ ਹੋਏ ਸੀਗੇ ਦਸੰਬਰ ਦੇ ਵਿੱਚ, ਉਹਦਾ ਕੋਟਾ ਹੈਗਾ ਜੀ 380, ਅਤੇ ਜਿਹੜੇ ਡੋਮੈਸਟਿਕ ਪੇਪਰ ਭਰ ਹੋਏ ਸੀਗੇ ਦਸੰਬਰ ਦੇ ਮਹੀਨੇ ਦੇ ਵਿੱਚ 2023 ਵਿੱਚ ਉਹਦਾ ਕੋਟਾ ਹੈਗਾ ਜੀ 110। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੋਈ ਯੂਜ਼ਰ ਨੇਮ ਆ, ਅਤੇ ਇਹ ਕਹਿ ਰਿਹਾ ਕਿ ਵੀਰ ਜੀ 9 ਮੰਥ ਵਾਲੇ ਪੇਪਰ ਜਿਹੜੇ ਆ ਬੈਰਗਾਮੋ ਕੋਟਾ ਕਿੰਨਾ ਆ। ਅਤੇ ਬੈਰਗਾਮੋ ਦਾ ਜੇ ਆਪਾਂ ਕੋਟਾ ਦੇਖ ਲਈਏ ਜਿਹੜੇ ਤਾਂ 9 ਮਹੀਨੇ ਵਾਲੇ ਪੇਪਰ ਸੀਗੇ ਭਰ ਹੋਏ ਸੀਗੇ, ਜਿਹੜੇ ਬੈਰਗਾਮੋ ਮਾਲਕ ਵੱਲੋਂ ਪੇਪਰ ਭਰ ਹੋਏ ਸੀ ਉਹਦਾ ਕੋਟਾ ਹੈਗਾ ਜੀ 50, ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਉਹਦਾ ਕੋਟਾ ਵੀ 50, ਅਤੇ ਬੈਰਗਾਮੋ ਤੋਂ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਭਰਾਏ ਉਹਦਾ ਕੋਟਾ ਹੈਗਾ ਹੈ ਜੀ 0। ਧਿਆਨ ਰੱਖਿਓ ਇਸ ਚੀਜ਼ ਦਾ। ਹਾਂਜੀ, ਅਤੇ ਇਹ ਸੀਗੀ ਆਪਣੀ ਅੱਜ ਦੀ ਇਹ ਵੀਡੀਓ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਹਾਂ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਵਿੱਚ।